ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਰਸ਼ੀਆ ਵਿੱਚ ਵਰਲਡ ਚੈਂਪੀਅਨਸ਼ਿਪ ਹੋਈ ਹੈ, ਉਹਦੇ ਵਿੱਚ ਰਾਹੁਲ ਸ਼ਰਮਾ ਜੀ ਨੇ 3 ਗੋਲਡ ਮੈਡਲ ਜਿੱਤੇ ਨੇ, ਜੋ ਕਿ ਸਾਡੇ ਇੰਡੀਆ ਵਾਸਤੇ, ਪੰਜਾਬ ਵਾਸਤੇ ਤੇ ਗੁਰਦਾਸਪੁਰ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ। ਰਾਹੁਲ ਜੀ ਨੇ ਗੁਰਦਾਸਪੁਰ ਦਾ ਨਹੀਂ ਬਲਕਿ ਪੂਰੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਪੂਰੇ ਵਰਲਡ ਵਿੱਚੋਂ 3 ਗੋਲਡ ਮੈਡਲ ਜਿੱਤਣਾ ਬਹੁਤ ਵੱਡੀ ਗੱਲ ਹੈ। ਮੈਂ ਇਹਨਾਂ ਨੂੰ ਦਿਲੋਂ ਧੰਨਵਾਦ ਕਰਦਾ ਹਾਂ, ਇਹਨਾਂ ਨੇ ਆਪਣੇ ਦਿਨ ਰਾਤ ਜੀ ਤੋੜ ਮਿਹਨਤ ਕਰਕੇ ਸਾਡੇ ਗੁਰਦਾਸਪੁਰ ਦਾ ਨਾਂ ਪੂਰੇ ਵਰਲਡ ਵਿੱਚ ਰੋਸ਼ਨ ਕੀਤਾ ਹੈ। ਦੇਖੋ ਜੀ, ਰਾਹੁਲ ਜੀ ਨੇ ਪੂਰੇ ਇੰਡੀਆ ਵਿੱਚ ਰਸ਼ੀਆ 'ਚ ਜਾ ਕੇ 3 ਗੋਲਡ ਮੈਡਲ ਜਿੱਤੇ ਹੈ, ਬਹੁਤ ਵੱਡੀ ਗੱਲ ਹੈ। ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਇਸ ਟਾਈਮ ਮੇਰੇ ਲਾਗੇ ਰਾਹੁਲ ਜੀ ਬੈਠੇ ਹੈ, ਉਹਨੇ ਸਾਡੇ ਗੁਰਦਾਸਪੁਰ ਨੂੰ ਪੂਰੇ ਵਰਲਡ ਵਿੱਚ ਫੇਮਸ ਕਰਤਾ। ਅੱਗੇ ਗੁਰਦਾਸਪੁਰ ਨੂੰ ਸਾਡੇ ਇੰਡੀਆ ਵਿੱਚ ਹੀ ਪਤਾ ਸੀ ਕਿ ਕੋਈ ਗੁਰਦਾਸਪੁਰ ਹੈਗਾ, ਪਰ ਹੁਣ ਵਰਲਡ ਵਿੱਚ ਹੀ ਉਹਨਾਂ ਨੇ ਸਾਡੇ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਹੈ। ਦੇਖੋ ਜੀ, ਰਾਹੁਲ ਜੀ ਬਹੁਤ ਮਿਹਨਤ ਕਰ ਰਹੇ ਹੈ, ਇਹਨਾਂ ਨੂੰ ਜਿੱਦਾਂ ਦੀ ਵੀ ਸਾਡੀ ਐਨ ਜੀ ਓ ਹੈਲਪਿੰਗ ਹੈਂਡ ਵੱਲੋਂ ਕੋਈ ਕਿਸੇ ਚੀਜ਼ ਦੀ ਵੀ ਸਪੋਰਟ ਹੋਏਗੀ, ਆਪਾਂ ਦਿਨ ਰਾਤ ਇਹਨਾਂ ਵਾਸਤੇ ਹਾਜ਼ਰ ਹੈ, ਕਿਉਂਕਿ ਇੱਦਾਂ ਦੇ ਪਲੇਅਰ ਜਿਹੜੇ ਦੇਸ਼ ਦਾ ਮਾਣ ਵਧਾਉਂਦੇ ਆ, ਉੱਦਾਂ ਦੀ ਸ਼ਖਸੀਅਤ ਦੀ ਆਪਾਂ ਨਾਲ ਰਹਿ ਕੇ ਆਪਾਂ ਫਖਰ ਮਹਿਸੂਸ ਕਰਾਂਗੇ। ਜੇ ਸਾਡੀ ਕੋਈ ਕਿਸੇ ਤਰ੍ਹਾਂ ਦੀ ਸੇਵਾ 'ਚ ਸਾਡੀ ਡਿਊਟੀ ਲਗਾਉਣਗੇ ਤਾਂ ਆਪਾਂ ਸਿਰ ਮੱਥੇ ਇਹਨਾਂ ਨੂੰ ਡਿਊਟੀ ਲਗਾਉਣ ਵਾਸਤੇ ਤਿਆਰ ਹੋਵਾਂਗੇ। ਸਰ, ਇਹ ਮੇਰਾ 10 ਸਾਲ ਦਾ ਸਫ਼ਰ ਹੈ ਜੀ, ਅੱਜ 10 ਸਾਲ ਦੀ ਮਿਹਨਤ ਮੇਰੀ ਰੰਗ ਲੈ ਆਈ ਹੈ ਜੀ, ਔਰ ਗੁਰਦਾਸਪੁਰ ਪਹੁੰਚ ਤੋਂ ਪਹਿਲਾਂ ਤਾਂ ਮੇਰੇ ਮਤਲਬ ਗੁਰਦਾਸਪੁਰ ਵਾਸੀਆਂ ਦਾ ਤਹਿ ਦਿਲੋਂ ਮੈਂ ਧੰਨਵਾਦ ਕਰਦਾ। ਪਹਿਲਾਂ ਵੀ ਇਹਨਾਂ ਨੇ ਮੇਰਾ ਬਹੁਤ ਜ਼ਿਆਦਾ ਸਵਾਗਤ ਕੀਤਾ, ਔਰ ਅੱਜ ਐਡਵੋਕੇਟ ਸ਼੍ਰੀ ਦੀਨੇ ਸ਼ਰਮਾ ਵੱਲੋਂ ਮੈਨੂੰ ਉਚੇਚੇ ਤੌਰ 'ਤੇ ਬੁਲਾ ਕੇ ਸਨਮਾਨਿਤ ਕੀਤਾ ਗਿਆ। ਇਹਨਾਂ ਵੱਲੋਂ, ਇਹਨਾਂ ਦੀ ਟੀਮ ਵੱਲੋਂ ਮੈਂ ਹੱਥ ਜੋੜ ਕੇ ਇਹਨਾਂ ਦਾ ਧੰਨਵਾਦ ਕਰਦਾ, ਔਰ ਅੱਗੇ ਵੀ ਮੈਂ ਆਪਣੇ ਦੇਸ਼ ਲਈ, ਆਪਣੇ ਪੰਜਾਬ ਲਈ, ਔਰ ਆਪਣੇ ਜ਼ਿਲ੍ਹੇ ਲਈ, ਗੁਰਦਾਸਪੁਰ ਲਈ ਇਸੇ ਤਰ੍ਹਾਂ ਮਿਹਨਤ ਕਰਦਾ ਰਹਾਂਗਾ। ਔਰ ਅਗਲਾ ਟੀਚਾ ਜਿਹੜਾ ਮੇਰਾ ਆ ਉਹ ਕਾਮਨਵੈਲਥ ਗੇਮ ਜਿਹੜੀ ਆਸਟ੍ਰੇਲੀਆ ਦੇ ਵਿੱਚ ਹੋ ਰਹੀਆਂ ਨੇ ਉਹ ਹੋਏਗਾ, ਔਰ ਉਹਦੇ ਲਈ ਸਰ ਮੈਂ ਅੱਗੇ ਮਿਹਨਤ ਕਰ ਰਿਹਾ ਕਿ ਮੈਂ ਆਪਣੇ ਦੇਸ਼ ਭਾਰਤ ਲਈ, ਅੱਗੇ ਆਪਣੇ ਪੰਜਾਬ ਲਈ, ਗੁਰਦਾਸਪੁਰ ਲਈ ਸਰ ਮੈਡਲ ਲੈ ਕੇ ਆਉਂ। ਫਿਰ ਸਰ ਦੇਖੋ, ਜੋ ਪ੍ਰੈਕਟਿਸ ਪਹਿਲਾਂ ਚੱਲਦੀ ਸੀ, ਜੋ ਮੇਰੇ ਕੋਚ ਦਾ, ਜੋ ਮੇਰੀ ਟੀਮ ਦਾ, ਔਰ ਜੋ ਸਾਡੀ ਅਕੈਡਮੀ ਦਾ ਸਰ ਜੋ ਸ਼ਡਿਊਲ ਚੱਲ ਰਿਹਾ ਸਰ, ਉਸੇ ਅਕੋਰਡਿੰਗ ਸਰ ਮੈਂ ਚੱਲ ਰਿਹਾ ਜੀ ਆਪਣੇ ਕੋਚ ਸਾਹਿਬ ਦੇ ਕਹਿਣ 'ਤੇ। ਜਿਸੇ ਤਰ੍ਹਾਂ ਸਰ ਮੇਰੀ ਪਹਿਲਾਂ ਤਿਆਰੀ ਚੱਲਦੀ ਸੀ, ਉਸੇ ਤਰ੍ਹਾਂ ਸਰ ਅੱਜ ਵੀ ਮੈਂ ਆਪਣੇ ਨੂੰ, ਆਪਣੇ ਆਪ ਨੂੰ ਸਰ ਉੱਥੇ ਹੀ ਮਤਲਬ ਮਹਿਸੂਸ ਕਰ ਰਿਹਾ, ਉਸੇ ਤਰ੍ਹਾਂ ਮੈਂ ਆਪਣੀ ਪ੍ਰੈਕਟਿਸ ਕਰ ਰਿਹਾ, ਔਰ ਆਪਣੀ ਮਿਹਨਤ 'ਤੇ ਸਰ ਮੈਨੂੰ ਮਾਣ ਆ ਜੀ, ਜਿੱਥੇ ਪਰਮਾਤਮਾ ਨੇ ਮੈਨੂੰ ਅੱਜ ਵਰਲਡ ਚੈਂਪੀਅਨਸ਼ਿਪ ਦਾ ਖਿਤਾਬ ਦੇ ਕੇ, ਔਰ ਵਰਲਡ ਸਟਰੋਂਗਮੈਨ ਦਾ ਖਿਤਾਬ ਦੇ ਕੇ ਮੈਨੂੰ ਰਸ਼ੀਆ ਦੇ ਵਿੱਚੋਂ 3 ਗੋਲਡ ਮੈਡਲ ਦਵਾਏ ਨੇ, ਔਰ ਉਮੀਦ ਕਰਦਾ ਮੈਨੂੰ ਆਪਣੀ ਮਿਹਨਤ 'ਤੇ ਸਰ ਇੰਨਾ ਯਕੀਨ ਹੈਗਾ ਕਿ ਮੈਂ ਆਪਣੇ ਆਉਣ ਵਾਲੇ ਟਾਈਮ ਦੇ ਵਿੱਚੋਂ ਕਾਮਨਵੈਲਥ ਗੇਮਾਂ ਦੇ ਵਿੱਚੋਂ ਵੀ ਸਰ ਮੈਡਲ ਲੈ ਕੇ ਜ਼ਰੂਰ ਆਵਾਂਗਾ ਆਪਣੇ ਭਾਰਤ ਲਈ। ਸਰ, ਵੇਟ ਲਿਫਟਿੰਗ ਇੱਕ ਇਹੋ ਜਿਹਾ ਪ੍ਰੋਫੈਸ਼ਨ ਹੈ ਕਿ ਜਿਹੜਾ ਸਾਡੇ ਏਰੀਆ ਦੇ ਵਿੱਚ ਜਿਹੜਾ ਨਹੀਂ ਹੈਗਾ, ਸਾਡਾ ਗੁਰਦਾਸਪੁਰ ਜਿਹੜਾ ਜਿਸ ਨੂੰ ਬੜਾ ਪਛੜਾ ਏਰੀਆ ਮੰਨਿਆ ਜਾਂਦਾ, ਇਸ ਏਰੀਆ ਦੇ ਵਿੱਚੋਂ ਕੋਈ ਮਤਲਬ ਉਚੇਚੇ ਤੌਰ 'ਤੇ ਇਸ ਗੇਮ ਦੇ ਵਿੱਚ ਸਰ ਅੱਜ ਤੱਕ ਕੋਈ ਨਹੀਂ ਗਿਆ। ਸਰ, ਮੈਂ ਇਸ ਪ੍ਰੋਫੈਸ਼ਨ ਨੂੰ ਇਸ ਕਰਕੇ ਚੁਣਿਆ ਕਿ ਜੋ ਇਹ ਜਿੰਨੀ ਮਿਹਨਤ ਇਸ ਗੇਮ ਦੇ ਵਿੱਚ ਲੱਗਦੀ ਹੈ ਸ਼ਾਇਦ ਹੋਰ ਕਿਸੇ ਦੇ ਵਿੱਚ ਸ਼ਾਇਦ ਨਾ ਲੱਗੇ। ਸਰ, ਮੇਰੇ ਪ੍ਰੇਰਣਾ ਮੇਰੇ ਫਾਦਰ, ਮੇਰੇ ਕੋਚ ਸਾਹਿਬ, ਜਿਨ੍ਹਾਂ ਨੇ ਮੈਨੂੰ ਪ੍ਰੇਰਿਤ ਕੀਤਾ। ਸਰ, ਲਗਾਤਾਰ ਮੈਂ 5 ਸਾਲ ਪਹਿਲਾਂ ਹਾਰਾਂ ਹੀ ਬਰਦਾਸ਼ਤ ਕੀਤੀਆਂ ਜੀ 10 ਸਾਲ ਦੇ ਸਫ਼ਰ ਦੇ ਵਿੱਚ, ਔਰ ਜਦੋਂ ਮੈਂ ਜਿੱਤ ਪ੍ਰਾਪਤ ਕੀਤੀ, ਜਦੋਂ ਲਗਾਤਾਰ 5 ਸਾਲ ਮੇਰੇ ਮੈਡਲ ਕਰਨੇ ਸ਼ੁਰੂ ਹੋਏ, ਔਰ ਅੱਜ ਮੈਂ ਵਰਲਡ ਚੈਂਪੀਅਨ ਬਣ ਕੇ ਸਰ ਤੁਹਾਡੇ ਸਾਹਮਣੇ, ਸਿਰਫ ਮੈਂ ਆਪਣੇ ਫਾਦਰ ਦੀ ਪਸਿਆ ਕਰਕੇ, ਔਰ ਆਪਣੇ ਕੋਚ ਸਾਹਿਬ ਕਰਕੇ, ਆਪਣੇ ਮਦਰ ਕਰਕੇ ਹਾਂ ਸਰ। ਆਉਣ ਵਾਲੇ ਦਿਨਾਂ ਦੇ ਵਿੱਚ ਸਰ ਜੋ ਵੀ ਮੈਨੂੰ ਪਰਮਾਤਮਾ ਜਿਸ ਮੁਕਾਮ ਤੇ ਪਹੁੰਚਾਏਗਾ ਸਰ, ਮੈਂ ਉਸ ਮੁਕਾਮ ਦੇ ਲਈ ਸਰ ਤਿਆਰ ਹਾਂ। ਫਿਲਹਾਲ ਸਰ, ਜੋ ਤੁਹਾਨੂੰ ਤੁਹਾਡੇ ਨਾਲ ਪਹਿਲਾਂ ਵੀ ਸਲਾਹ ਕੀਤੀ ਹੈ ਕਿ ਮੇਰੀ ਤਿਆਰੀ ਜਿਹੜੀ ਕਾਮਨਵੈਲਥ ਗੇਮਾਂ ਲਈ ਚੱਲ ਰਹੀ ਹੈ, ਉਸੇ ਤਰ੍ਹਾਂ ਸਰ ਮੈਂ ਅੱਗੇ ਆਪਣੀ ਮਿਹਨਤ ਦੇ ਡੱਟ ਕੇ ਸਰ ਖੜਾ ਹਾਂ, ਤੇ ਉਸੇ ਤਰ੍ਹਾਂ ਸਰ ਮੈਂ ਮਿਹਨਤ ਕਰਾਂਗਾ ਜੀ ਅੱਗੇ। ਜ਼ਰੂਰ ਸਰ, ਕਹਿਣਾ ਚਾਹਾਂਗਾ ਜੀ, ਮੈਂ ਵੀ ਸਰ ਦਿੱਲੀ ਪ੍ਰੈਕਟਿਸ ਕੀਤੀ ਹੈ ਜੀ 5 ਸਾਲ। ਇਹ ਫੈਸਿਲਿਟੀ ਮੇਰੇ ਜ਼ਿਲ੍ਹੇ ਵਿੱਚ ਸਰ ਨਹੀਂ ਹੈਗੀ, ਕਿਤਨਾ ਕਿਤੇ ਸਰ ਰਾਜਨੀਤਿਕ ਤੌਰ 'ਤੇ ਜਿਹੜੇ ਸਾਡੇ ਰਾਜਨੇਤਾ ਨੇ ਸਰ, ਉਹਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਜੀ ਕਿ ਜਿਹਨੂੰ ਗੁਰਦਾਸਪੁਰ ਨੂੰ ਇੱਕ ਬੜਾ ਪਿਛੜਾ ਹੈ ਸਰ ਏਰੀਆ ਮੰਨਿਆ ਜਾਂਦਾ ਸੀ, ਕਿਸੇ ਵੀ ਤਰ੍ਹਾਂ ਦੀ ਫੈਸਿਲਿਟੀ ਨਹੀਂ ਹੈਗੀ, ਕਿਉਂ ਸਰ ਇੱਥੇ ਹਰ ਖਿਡਾਰੀ ਨੂੰ ਬਾਹਰ ਨਿਕਲ ਕੇ ਬਣਨਾ ਪੈਂਦਾ, ਆਪਣੇ ਜ਼ਿਲ੍ਹੇ 'ਚ ਕਿਉਂ ਵੀ ਸਰ ਮਤਲਬ ਸਹੂਲਤ ਨਹੀਂ ਮਿਲ ਰਹੀ ਹੈ ਸਰ, ਜਿਹੜੇ ਸਾਡੇ ਪੋਲੀਟੀਸ਼ੀਅਨ ਉਹਨਾਂ ਨੂੰ ਸਰ ਜ਼ਰੂਰ ਇੱਕ ਵਾਰੀ ਇਸ ਬਾਰੇ ਸੋਚਣਾ ਚਾਹੀਦਾ। ਸਾਰੇ ਬੱਚੇ ਰਾਹੁਲ ਜੀ ਇੱਕ ਤਰ੍ਹਾਂ ਹਾਰਡ ਵਰਕ ਕਰੇ ਔਰ ਦੇਸ਼ ਦਾ ਨਾਮ ਰੋਸ਼ਨ ਕਰੇ। ਥੈਂਕ ਯੂ।